ਸਤਿ ਸ਼੍ਰੀ ਅਕਾਲ ਜੀ ਮੈਂ ਸੁਆਤੀ ਸਖਸੈਨਾ ਸੋ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਸਾਡਾ ਖਾਸ ਪ੍ਰੋਗਰਾਮ ਪੱਖ ਦਾ ਮੁੱਦਾ ਜੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਉਹਨਾਂ ਮੁੱਦਿਆਂ ਦੇ ਬਾਰੇ ਜਿਨ੍ਹਾਂ ਤੇ ਵਿਚਾਰ ਚਰਚਾ ਕਰਨੀ ਬਹੁਤ ਹੀ ਲਾਜ਼ਮੀ ਹੋ ਜਾਂਦੀ ਹੈ ਸੋ ਇਨ੍ਹਾਂ ਹੀ ਪੱਖ ਦੇ ਮੁੱਦਿਆਂ ਦੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਪ ਸਭ ਨੂੰ ਅਸੀਂ 74ਵੇਂ ਗਣਤੰਤਰ ਦਿਵਸ ਦੀ ਬਤਾਏ ਦੇ ਦਿੰਨੇ ਆ ਕਿ ਅੱਜ ਸਾਡਾ ਜਿਹੜਾ ਹੈ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਜੀ 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 ਸੋ ਅਸੀਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਗਣਤੰਤਰ ਦਿਵਸ ਤੋਂ ਹੀ ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਆਪਣੇ 74ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਬਠਿੰਡਾ ਦੇ ਵਿੱਚ ਝੰਡਾ ਲਹਿਰਾਇਆ ਗਿਆ ਸੋ ਇਸ ਦੇ ਨਾਲ ਹੀ ਉਹਨਾਂ ਨੇ ਇੱਥੇ ਆਪਣੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤੇ ਤਹਿਤ ਸੰਬੋਧਨ ਵਿੱਚ ਉਹਨਾਂ ਨੇ ਇਹ ਗੱਲਾਂ ਕੀ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਆ ਦੁਖ ਮੰਤਰੀ ਹਾਂ ਤੇ ਮੇਰਾ ਜਿਹੜਾ ਰੋਮ-ਰੋਮ ਹੈ ਉਹ ਪੰਜਾਬ ਦੇ ਵਾਸਤੇ ਹੈ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਪਹਿਲਾ ਗਣਤੰਤਰ ਦਿਵਸ ਦੀਆਂ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਖਾ ਵੱਡੇ ਖਾਸ ਤੌਰ ਤੇ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਉਥੇ ਹੀ ਗੱਲ ਕਰ ਲੈਣੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ 100 ਬਠਿੰਡਾ ਪਹੁੰਚੇ ਸੀ ਬਠਿੰਡਾ ਉਹਨਾਂ ਦਾ ਸਮਾਗਮ ਜੋ ਚੱਲ ਰਿਆ ਸੀਗਾ ਸੂਬਾ ਪੱਧਰੀ ਜਿਹੜਾ ਇਹ ਸਮਾਗਮ ਜਿਹੜਾ ਕਰਵਾਇਆ ਗਿਆ ਸੋ ਇਸੇ ਦੌਰਾਨ ਉਹਨਾਂ ਨੇ ਜਿਹੜੇ ਵੱਡੇ ਬਿਆਨ ਵੀ ਦਿੱਤੇ ਨੇ ਸੋ ਗਤੰਤਰ ਦਿਵਸ ਤੇ ਜੋ ਬਠਿੰਡਾ ਵਾਸੀਆਂ ਨੂੰ ਸੰਬੋਧਨ ਵੀ ਕੀਤਾ ਇਸ ਦੇ ਨਾਲ ਹੀ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਦੇ ਨਾਲ ਉਹਨਾਂ ਨੇ ਸੰਦੇਸ਼ ਵੀ ਛੱਡਿਆ ਸੋ ਇਸੇ ਦੌਰਾਨ ਗੱਲ ਕਰੀਏ ਮੁੱਖ ਮੰਤਰੀ ਦੌਰਾਨ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਨਹੀਂ ਮੈਨੂੰ ਦੁਖ ਮੰਤਰੀ ਕਿਹਾ ਕਰੋ ਸੋ ਇਹ ਕੀ ਲਹਿਜਾ ਮੁੱਖ ਮੰਤਰੀ ਸਾਹਿਬ ਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਜਿਹੜੇ ਲੋਕਾਂ ਦੀ ਹਾਲਾਤ ਬਣੇ ਹੋਏ ਨੇ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਹਾਲਾਤ ਹੀ ਇਦਾਂ ਦੇ ਪੈਦਾ ਕਰ ਰੱਖੇ ਆ ਇਹਨਾਂ ਨੇ ਕਿ ਹਰੇਕ ਜਿਹੜਾ ਸਾਕਸ਼ਾ ਜਿਹੜਾ ਕਿਸੇ ਨਾ ਕਿਸੇ ਕਟਣਾ ਦਾ ਸਾਹਮਣਾ ਕਰਨਾ ਚਾਹਾਂਗੇ ਦਰਸ਼ਕ ਵੀ ਇਹਸ ਜਾਣਨਾ ਚਾਣਗੇ ਕਿ ਮੁੱਖ ਮੰਤਰੀ ਪੰਜਾਬ ਦੇ ਆਪਣੇ ਆਪ ਨੂੰ ਦੁੱਖ ਮੰਤਰੀ ਕਿਉਂ ਕਿਹਾ ਕਿਉਂਕਿ ਪੰਜਾਬ ਦੇ ਵਿੱਚ ਦੁੱਖ ਬਹੁਤ ਹੋ ਰਿਹਾ ਇਸ ਕਰਕੇ ਕਿਹਾ ਜੀ ਸ਼ਾਇਦ ਉਹਨਾਂ ਨੇ ਉਹੀ ਹਾਲਾਤ ਆਪਣੇ ਨਾਂ ਨਾਲ ਜੋੜ ਲਏ ਨੇ ਕਿ ਮੈਂ ਦੁੱਖ ਮੰਤਰੀ ਹਾਂ ਦੁੱਖ ਕਟਣਾ ਚਾਹਨਾ ਉਹ ਚਾਣਦੇ ਤਾਂ ਇਹ ਨੇ ਕਿ ਅਸੀਂ ਦੁੱਖ ਮੰਤਰੀ ਦੁੱਖ ਮੁੱਖ ਮੰਤਰੀ ਬਣ ਕੇ ਦੁੱਖ ਮੰਤਰੀ ਦੁਖਾ ਜਿਹੜੇ ਲੋਕਾਂ ਦੇ ਉਹ ਕਟਣੇ ਨੇ ਪਰ ਇੱਥੇ ਸ਼ਾਇਦ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਲੋਕਾਂ ਦੀ ਭਾਵਨਾਵਾਂ ਨੂੰ ਆਪਣੇ ਨਾਲ ਜੋੜਨ ਲਈ ਕੁਝ ਜਜਵਾਤਾਂ ਤੇ ਹੀ ਵੱਡਾ ਸ਼ਬਦ ਆਪਣੇ ਆਪ ਨਾਲ ਜੋੜਦੇ ਪਰੇ ਮੁੱਖ ਮੰਤਰੀ ਨੂੰ ਕੋਈ ਸ਼ੋਭਾ ਨਹੀਂ ਦਿੰਦਾ ਅਜਿਹੇ ਸ਼ਬਦ ਬੋਲਣਾ ਵੀ ਮੈਂ ਦੁਖ ਮੰਤਰੀ ਆ ਕਿਉਂਕਿ ਮੈਨੂੰ ਲੱਗਦਾ ਨਹੀਂ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਜਾਂ ਫਿਰ ਮਨਦੇਸ਼ ਦੇ ਇਤਿਹਾਸ ਵਿੱਚ ਜੋ ਸਾਡਾ ਇਤਿਹਾਸ ਹੈ ਉਸ ਵਿੱਚ ਕਿਸੇ ਦੇ ਨਾਲ ਵੀ ਅਜਿਹੇ ਸ਼ਬਦ ਨਹੀਂ ਜੁੜਿਆ ਜਿਹੜਾ ਕਹੇ ਕਿ ਮੈਂ ਦੁਖੀ ਦੁਖੀ ਆ ਉਹ ਸਾਡੇ ਉਹ ਜੋਧੇ ਰਹੇ ਨੇ ਜਿਨ੍ਹਾਂ ਨੇ ਫਾਂਸੀਆਂ ਦੇ ਜਿਹੜੇ ਆ ਰਸੇ ਆ ਉਹ ਵੀ ਖੁਸ਼ੀ ਨਾਲ ਚੁੰਬੇ ਨੇ ਸ਼ਹੀਦ ਭਗਤ ਸਿੰਘ ਦੀ ਗੱਲ ਕਰ ਲੋ ਸੋ ਉਹਨਾਂ ਨੇ ਜਿਹੜਾ ਫਾਂਸੀ ਦਾ ਫੰਦਾ ਸੀਗਾ ਉਹ ਵੀ ਖੁਸ਼ੀ ਨਾਲ ਚੁੰਮ ਕੇ ਜਿਹੜਾ ਆਪਣੇ ਗਲੇ ਲਾਇਆ ਸੋ ਪਰ ਦੂਜੇ ਪਾਸੇ ਉਹਨਾਂ ਦੀ ਹੀ ਜਿਹੜੀ ਆ ਉਹਨਾਂ ਦੀ ਪੱਗ ਬੰਨ ਕੇ ਉਹਨਾਂ ਦੇ ਜਿਹੜੇ ਆ ਕਹਿ ਸਕਦੇ ਆ ਗੱਲਾਂ ਕਹਿ ਕੇ ਉਹਨਾਂ ਦੇ ਜਿਹੜੇ ਆ ਸੰਦੇਸ਼ ਤੇ ਚੱਲ ਕੇ ਚੱਲਣ ਵਾਲੀ ਸਰਕਾਰ ਦੇ ਮੁੱਖ ਮੰਤਰੀ ਅਜੇ ਹਾ ਗੱਲਾਂ ਕਰ ਰਹੇ ਨੇ ਕਿ ਮੈਂ ਦੁਖ ਮੰਤਰੀ ਆ ਸੋ ਉਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਪਹਿਲੇ ਸਾਲ ਚ ਹੀ ਢਾਵਾਂ ਡੋਲ ਹੋ ਗਈ ਆ ਕਿਉਂਕਿ ਪਹਿਲਾਂ ਹੀ ਸਰਕਾਰ ਦੇ ਬਹੁਤ ਸਾਰੇ ਆ ਜਿਹੜੇ ਆ ਅਸੀਂ ਦੇਖਿਆ ਕਿ ਜਿਵੇਂ ਲੋਟਸ ਆਪਰੇਸ਼ਨ ਨੂੰ ਲੈ ਕੇ ਭਗਦਰ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਤੇ ਜੋ ਉੱਥੇ ਹੀ ਗੱਲ ਕਰ ਲੈਨੇ ਆ ਕਿ ਵੱਖ-ਵੱਖ ਜਿਹੜੀਆਂ ਬਾਰਦਾਤਾਂ ਹੋਈਆਂ ਪੰਜਾਬ ਵਿੱਚ ਹਾਲਾਤ ਨਹੀਂ ਸੁਧਰਦੇ ਨਜ਼ਰ ਆ ਰਹੇ ਸੋ ਇਸੇ ਦੌਰਾਨ ਹੁਣ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਮੈਂ ਦੁੱਖ ਮੰਤਰੀ ਆ ਸੋ ਇਹ ਕਿਤੇ ਨਾ ਕਿਤੇ ਬਾਖਵਾਂ ਨਹੀਂ ਆ ਸ਼ਬਦ ਹਾਲਾਂਕਿ ਉਹਨਾਂ ਨੇ ਮੰਨਿਆ ਕਿ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਮਾ ਨੇ ਉਹਨਾਂ ਨੂੰ ਜਿਹੜਾ ਹੱਲ ਕਰਨਾ ਉਹਦੇ ਨਾਲ ਇਹ ਕਹਿ ਸਕਦੇ ਸੀ ਕਿ ਮੈਂ ਦੁੱਖ ਮੰਤਰੀ ਨਹੀਂ ਮੈਂ ਦੁੱਖਾਂ ਦਾ ਹੱਲ ਕਰਨ ਵਾਲਾ ਮੰਤਰੀ ਹਾਂ ਸੋ ਇਹ ਸ਼ਬਦ ਜ਼ਰੂਰ ਯੂਜ਼ ਕਰ ਸਕਦੇ ਸੀ ਭਗਵੰਤ ਮਾਨ ਸੋ ਮੁੱਖ ਮੰਤਰੀ ਸਾਹਿਬ ਲੱਗਦਾ ਹੈ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਨਜ਼ਰ ਆ ਰਹੇ ਨੇ ਸੋ ਅਜਿਹੇ ਸ਼ਬਦ ਉਹਨਾਂ ਨੂੰ ਨਾ ਹੀ ਬੋਲਣੇ ਚਾਹੀਦੇ ਸੀਗੇ ਸੋ ਉੱਥੇ ਹੀ ਗੱਲ ਕਰ ਲੈਣੇ ਆ ਕਿ ਇੱਕ ਪਾਸੇ ਤਾਂ ਪੰਜਾਬ ਦੀ ਚਾਕੀ ਨੂੰ ਲੈ ਕੇ ਵੱਡਾ ਜਿਹੜਾ ਵੱਡੇ ਪੱਧਰ ਤੇ ਰੋਜ਼ ਜਿਤਾਇਆ ਜਾ ਰਿਹਾ ਹੈ ਪਰ ਉੱਥੇ ਹੀ ਹੁਣ ਸੂਬੇ ਦਾ ਹੀ ਮੁੱਖ ਮੰਤਰੀ ਜਦੋਂ ਕਹਿਣ ਲੱਗ ਜੇ ਵੀ ਮੈਂ ਤਾਂ ਦੁੱਖ ਮੰਤਰੀ ਆ ਫਿਰ ਉੱਥੇ ਅਸੀਂ ਕੀ ਸਮਝਾਂਗੇ ਇਹ ਗੱਲਾਂ ਸਭ ਸੋਚਣ ਸਮਝਣ ਵਾਲੀਆਂ ਨੇ ਕਿ ਤੁਸੀਂ ਚੰਗਾ ਸੰਦੇਸ਼ ਨਹੀਂ ਜਾਂਦਾ ਕਿ ਮੁੱਖ ਮੰਤਰੀ ਦੇ ਵੱਲੋਂ ਮੀਨਸ ਇੱਕ ਕਹਿਣ ਦਾ ਮਤਲਬ ਇੱਕ ਸਹਾਰਾ ਹੁੰਦਾ ਹੈ ਕਿਉਂਕਿ ਆਪਣੇ ਪੰਜਾਬ ਦਾ ਆਪਣੇ ਪੰਜਾਬ ਦਾ ਮੁਖਮੰਤ ਮੈਂ ਤੁਹਾਨੂੰ ਇੱਥੇ ਟੋਕਣਾ ਚਾਹਨਾ ਭਾਵੇਂ ਹਾਲਾਤ ਕੁਝ ਵੀ ਹੋਣ ਦੇਸ ਦੇ ਜੋ ਪ੍ਰਧਾਨ ਮੰਤਰੀ ਹੁੰਦਾ ਕੋਈ ਵੀ ਹੋਵੇ ਭਾਵੇਂ ਉਹ ਕਿਸੇ ਵੀ ਸਰਕਾਰ ਦਾ ਹੋਵੇ ਉਹ ਜਿਹੜਾ ਲਾਲ ਕਿਲੇ ਤੋਂ ਜਾਂ 26 ਜਨਵਰੀ ਜਾਂ ਕਹਿ ਸਕਦੇ ਆ ਕਿ 15 ਅਗਸਤ ਆਜ਼ਾਦੀ ਵਾਲੇ ਦਿਨ ਤੇ ਗਣਤੰਤਰ ਦਿਵਸ ਤੇ ਜੋ ਸੰਦੇਸ਼ ਛੱਡਦਾ ਉਹ ਇੱਕ ਹੌਸਲੇ ਵਾਲਾ ਸੰਦੇਸ਼ ਛੱਡ ਕੇ ਜਾਂਦਾ ਹੁੰਦਾ ਹੈ ਹਮੇਸ਼ਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਕਿਸੇ ਦੇ ਵੀ ਜਿਹੜੀ ਆਸ਼ਾ ਹੁੰਦੀ ਹੈ ਉਹ ਇਹੀ ਹੁੰਦਾ ਹੈ ਆ ਕਿ ਅਸੀਂ ਦਰਦ ਜਿਹੜਾ ਕਿਸੇ ਦਾ ਨਹੀਂ ਲੈ ਸਕਦੇ ਜੀ ਪਰ ਅਜਿਹੇ ਸ਼ਬਦ ਸਾਡੇ ਕੋਲ ਹੁੰਦੇ ਆ ਮੌਕੇ ਤੇ ਕਿ ਬਹੁਤ ਸਾਰੇ ਦਰਦ ਨੂੰ ਘਟਾਇਆ ਜਾ ਸਕਦਾ ਸੋ ਅਸੀਂ ਗੱਲ ਕਰ ਰਹੇ ਨੇ ਕਿ ਕੋਈ ਮਰੀਜ਼ ਜਿਹੜਾ ਸੜਕ ਤੇ ਤੜਫ ਰਿਹਾ ਹੁੰਦਾ ਉਸ ਨੂੰ ਅਸੀਂ ਹੌਸਲਾ ਹੀ ਦਿੰਨੇ ਆ ਮੌਕੇ ਤੇ ਜੇ ਜਿਹੜੀ ਦਵਾਈ ਨਹੀਂ ਦਿੰਦੇ ਅਸੀਂ ਉਸ ਨੂੰ ਮੌਕੇ ਤੇ ਹੌਸਲਾ ਹੀ ਦਿੰਨੇ ਆ ਦਵਾਈ ਤਾਂ ਉਹਨੂੰ ਹਸਪੀਟਲ ਜਾ ਕੇ ਮਿਲਦੀ ਆ ਸੋ ਉਹੀ ਹੌਸਲੇ ਦੇ ਚੱਲਦੇ ਆ ਉਹ ਹਸਪੀਟਲ ਤੱਕ ਪਹੁੰਚ ਜਾਂਦਾ ਜਿੱਥੇ ਉਹਨਾਂ ਉਸ ਨੂੰ ਡਾਕਟਰ ਬਚਾ ਲੈਂਦੇ ਨੇ ਸੋ ਅਜਿਹੇ ਹਾਲਾਤਾਂ ਵਿੱਚ ਜਿਹੜੇ ਮੁੱਖ ਮੰਤਰੀ ਦੀ ਗੱਲ ਹੁੰਦੀ ਆ ਜਾਂ ਪ੍ਰਧਾਨ ਮੰਤਰੀ ਹੁੰਦੇ ਨੇ ਉਹ ਇਹੀ ਸੋਚਦੇ ਨੇ ਕਿ ਮੈਂ ਅਜਿਹੇ ਦੇਸ਼ ਦੇ ਕੇ ਜਾਵਾ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਸੁਭਾ ਵਾਸੀਆਂ ਨੂੰ ਜਿਹੜਾ ਹਾਲਾਤ ਜਿਹੜੇ ਆ ਸੀ ਜਿਹੜੇ ਬਣਦੇ ਹੁੰਦੇ ਆ ਬਹੁਤ ਸਾਰੇ ਹਾਲਾਤਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਮੌਕੇ ਤੇ ਪਰ ਜਿਹੜਾ ਉਹਨੂੰ ਸਾਂਭਣ ਦੀ ਗੱਲ ਹੁੰਦੀ ਹੈ ਜਿਵੇਂ ਕਰੋਨਾ ਟਾਈਮ ਸੀਗਾ ਕਰੋਨਾ ਟਾਈਮ ਅਸੀਂ ਬਾਹਰੋਂ ਬਿਮਾਰੀ ਆ ਗਈ ਸਾਂਭਣ ਦੀ ਗੱਲ ਸੀਗੀ ਉਹ ਜਿਹੜੇ ਸਿਹਤ ਸਿਹਤ ਸਹੂਲਤਾਂ ਜਿਹੜੀਆਂ ਸਰਕਾਰਾਂ ਨੇ ਦਿੱਤੀਆਂ ਉਸ ਦੇ ਚੱਲਦੇ ਬਹੁਤ ਸਾਰੇ ਦੇਸ਼ ਵਾਸੀ ਚ ਬੱਚੇ ਸੋ ਅਜਿਹੇ ਹਾਲਾਤਾਂ ਵਿੱਚ ਤੁਸੀਂ ਅਜਿਹੀ ਗੱਲ ਕਰ ਲੋਗੇ ਵੀ ਭਾਈ ਮੈਂ ਤਾਂ ਆਪ ਦੁਖੀ ਆ ਮੈਂ ਕੀ ਕਰਾਂ ਸੋ ਉੱਥੇ ਮਨੋਵਲ ਜਿਹੜਾ ਲੋਕਾਂ ਦਾ ਟੁੱਟ ਜਾਂਦਾ ਹੈ ਸੋ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀਗਾ ਕਿ ਉਹ ਅੱਜ ਦੇ ਦਿਨ ਅੱਜ ਦੇ ਦਿਨ ਇਹ ਸ਼ਬਦ ਨਾ ਯੂਜ਼ ਕਰਦੇ ਉਹ ਇਹ ਕਹਿ ਸਕਦੇ ਸੀਗੇ ਅਸੀਂ ਹੱਲ ਕਰਕੇ ਦਿਖਾਵਾਂਗੇ ਜਿਹੜੀਆਂ ਪਿਛਲੀਆਂ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਅਸੀਂ ਦੁੱਖ ਦੂਰ ਕਰਕੇ ਦਿਖਾਵਾਂਗੇ ਜਿਹੜੇ ਪਿਛਲੀਆਂ ਸਰਕਾਰਾਂ ਦੁੱਖ ਦੂਖ ਦੂਰ ਨਹੀਂ ਕਰ ਸਕੀਆਂ ਸੋ ਇਹ ਬਹੁਤ ਗਲਤ ਸੰਦੇਸ਼ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਸ ਤੇ ਜਿਹੜੀ ਚਰਚਾ ਹੁਣ ਛਿੜੀ ਹੋਈ ਆ ਸੋ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਦੇ ਜਜਵਾਤ ਆਪਣੇ ਨਾਲ ਜੋੜਦੇ ਜੋੜਦੇ ਆਪਣਾ ਹੀ ਕਿਤੇ ਨਾ ਕਿਸੇ ਕਿਤੇ ਹਾਸਿਆ ਮਜ਼ਾਕ ਬਣਾ ਲਿਆ ਕਿਉਂਕਿ ਅਸੀਂ ਅਕਸਰ ਦੇਖਦੇ ਆ ਬਹੁਤ ਸਾਰੀਆਂ ਪਹਿਲਾਂ ਹੀ ਉਹਨਾਂ ਤੇ ਵਿਰੋਧੀ ਪਾਰਟੀਆਂ ਅੱਖ ਰੱਖ ਰੱਖ ਕੇ ਬੈਠੇ ਹੁੰਦੀਆਂ ਨੇ ਕਿ ਕੋਈ ਸ਼ਬਦ ਜਿਹਾ ਬੋਲਣ ਤੇ ਅਸੀਂ ਉਹਨਾਂ ਨੂੰ ਚੱਕੀ ਐ ਸੋ ਦੁਖ ਮੰਤਰੀ ਦਾ ਜਿਹੜਾ ਸ਼ਬਦ ਵਰਤਿਆ ਗਿਆ ਇਸ ਨੇ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੇ ਮਨ ਨੂੰ ਨਿਰਾਸ਼ਾ ਦਿੱਤੀ ਐ ਉਹਨਾਂ ਨੂੰ ਚਾਹੀਦਾ ਸੀਗਾ ਕਿ ਹਾਂ ਅਸੀਂ ਉਹ ਸੂਬਾ ਸੂਬੇ ਦੇ ਆਗੂ ਆ ਜਿਹੜੇ ਹਰ ਤਰ੍ਹਾਂ ਦੀਆਂ ਸਮੱਸਿਆ ਨਾਲ ਲੜਾਂਗੇ ਸਾਰੇ ਹਾਲਾਤਾਂ ਨੂੰ ਸਹੀ ਕਰ ਦਾਂਗੇ ਸੋ ਮੁੱਖ ਮੰਤਰੀ ਸਾਹਿਬ ਗਣਤੰਤਰ ਦਿਵਸ ਤੇ ਪਹਿਲੀ ਵਾਰ ਸੰਬੋਧਨ ਕਰ ਰਹੇ ਸੀਗੇ ਕਿਉਂਕਿ ਪਿਛਲੇ ਸਾਲ ਸਰਕਾਰ ਬਣੀ ਤੇ ਇਸ ਵਾਰ ਪਹਿਲਾ ਦਿਵਸ ਸੀਗਾ ਪਹਿਲੇ ਹੀ ਦਿਵਸ ਤੇ ਗਣਤੰਤਰ ਦਿਵਸ ਦੇ ਤੁਹਾਡੇ ਤੇ ਤੁਸੀਂ ਅਜਿਹਾ ਸੰਦੇਸ਼ ਸੁਣਾਓ ਲੋਕਾਂ ਨੂੰ ਸੂਬਾ ਵਾਸੀਆਂ ਨੂੰ ਉਹ ਵੀ ਉਹ ਸੂਬੇ 'ਚ ਜਿੱਥੇ ਕਿ ਗੱਲ ਤੇ ਆ ਰਹਾ ਹੋਵੇ ਉਸ ਟਾਈਮ ਵੀ ਜਿਹੜੇ ਸਿੰਘ ਸੀਗੇ ਜਾਂ ਸਾਡੇ ਜੋਧੇ ਸੀਗੇ ਉਦੋਂ ਨੇ ਡੋਲੇ ਸੀਗੇ ਤੇ ਤੁਸੀਂ ਉਸ ਉੱਥੇ ਉਸ ਸਵੇਰ 'ਚ ਰਹਿ ਕੇ ਉਸ ਸਵੇਰ ਦੇ ਆਗੂ ਹੋ ਕੇ ਕਹੋ ਕਿ ਮੈਂ ਦੁਖ ਮੰਤਰੀ ਆ ਸੋ ਇਹ ਸੰਦੇਸ਼ ਚੰਗਾ ਨਹੀਂ ਜਾਂਦਾ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰਾ ਬਠਿੰਡੇ ਵਾਸਤੇ ਐਲਾਨ ਵੀ ਕੀਤੇ ਨੇ ਕਿ ਬਠਿੰਡੇ ਦਾ ਜਿਹੜਾ ਬਾਸ ਸਟੈਂਡ ਹੈ ਉਸ ਨੂੰ ਨਵੀਨੀਕਰਨ ਕਰਾਂਗੇ ਉਸ ਦਾ ਜਾਂ ਵੱਡੇ ਪੱਧਰ ਤੇ ਉਸ ਵਿੱਚ ਚੇਂਜ ਦੇਖੇਗਾ ਸੋ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹ ਬੋਲਣੇ ਜ਼ਰੂਰੀ ਹੁੰਦੀਆਂ ਨੇ ਪਰ ਇੰਨਾ ਵੀ ਨਾ ਸ਼ਬਦ ਯੂਜ਼ ਕਰ ਲੋ ਕਿ ਜਿਹੜੇ ਮਨੋਵਲ ਲੋਕਾਂ ਦਾ ਤੋੜ ਦੇਵੇ ਜਿਹੜੇ ਜੁਸੀਲੇ ਸ਼ਬਦ ਸਾਡੇ ਕੋਲ ਬਹੁਤ ਸਾਰੇ ਨੇ ਬੋਲਣ ਯੋਗ ਕਿਉਂਕਿ ਉਹ ਖੁਦ ਜਿਹੜੇ ਸਕ੍ਰਿਪਟ ਸਕ੍ਰਿਪਟ ਰਾਈਟਰ ਰਹੇ ਨੇ ਇੱਕ ਵਧੀਆ ਜਿਹੜੇ ਕਮੇਡੀਅਨ ਰਹੇ ਨੇ ਉਹਨਾਂ ਕੋਲ ਬਹੁਤ ਸਾਰਾ ਭੰਡਾਰ ਆ ਜਿਹੜਾ ਸ਼ਬਦਾਂ ਦਾ ਸੀ ਉਹਨਾਂ ਨੂੰ ਵੀ ਜਿਹੜਾ ਲਿਆ ਜਾ ਸਕਦਾ ਸੀ ਪਰ ਪਹਿਲੇ ਹੀ ਗਨਤੰਤਰ ਦਿਵਸ ਤੇ ਮੁੱਖ ਮੰਤਰੀ ਸਾਹਿਬ ਦਾ ਅਜਿਹਾਸ਼ ਭਾਸ਼ਣ ਦੇਣਾ ਪੰਜਾਬ ਵਾਸੀਆਂ ਦੇ ਨਾਲ ਨਾਲ ਤੇ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਚਰਚਾ ਦਾ ਵਿਸ਼ਾ ਹੈ ਤੇ ਸਵਾਲ ਜ਼ਰੂਰ ਆਪਣੇ ਆਪ ਤੇ ਹੀ ਮੁੱਖ ਮੰਤਰੀ ਸਾਹਿਬ ਤੇ ਖੜੇ ਕਰ ਰਿਹਾ ਜੀ ਜੀ ਇੱਥੇ ਅਸੀਂ ਗਣਤੰਤਰ ਦਿਵਸ ਦੀ ਗੱਲ ਕੀਤੀ ਹੈ ਤੇ ਅਸੀਂ ਇੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਦੀ ਚਾਂਕੀ ਬਾਰੇ ਸੋ ਇੱਕ ਵੱਡਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਇਸ ਵਾਰ ਜਿਹੜਾ ਹੈ ਜਿਹੜਾ ਗਣਤੰਤਰ ਦਿਵਸ ਅੱਜ ਦਾ ਹੈ ਸੋ ਇਸ ਦੇ ਵਿੱਚ ਪੰਜਾਬ ਦੀ ਚਾਂਕੀ ਨਹੀਂ ਵਿਖਾਈ ਗਈ ਹੈ ਸੋ ਮੁੱਖ ਮੰਤਰੀ ਮਾਨ ਦੇ ਵੱਲੋਂ ਇੱਕ ਦਾਵਾ ਕੀਤਾ ਗਿਆ ਅਸੀਂ ਜਾਣਨਾ ਚਾਹਾਂਗੇ ਕਿ ਮੁੱਖ ਮੰਤਰੀ ਮਾਨ ਨੇ ਇਸ ਸਥਿਤੀ ਵਿੱਚ ਕੀ ਕੀ ਹੈ ਜੀ ਇੱਕ ਪਾਸੇ ਤਾਂ ਭਾਜਪਾ ਸਰਕਾਰ ਤੇ ਦੋਸ਼ ਲਾ ਰਹੇ ਨੇ ਕੇਂਦਰ ਸਰਕਾਰ ਤੇ ਕਿ ਉਹਨਾਂ ਨੇ ਜਾਣ ਬੁੱਝ ਕੇ ਜਿਹੜੀ ਆ ਇਹ ਚਾਕੀ ਸਾਡੀ ਬੰਦ ਕੀਤੀ ਆ ਉੱਥੇ ਹੀ ਜੇਕਰ ਕੇਂਦਰੀ ਮੰਤਰੀ ਦੇ ਆ ਗੱਲ ਕਰੀਏ ਤਾਂ ਜਾਂ ਕੇਂਦਰੀ ਭਾਜਪਾ ਦੇ ਲੀਡਰਾਂ ਦੀ ਗੱਲ ਕਰੀਏ ਉਹ ਇਹ ਕਹਿ ਰਹੇ ਆ ਕਿ ਜਿਹੜੀ ਪੰਜਾਬ ਸੂਬਾ ਸਰਕਾਰ ਆ ਉਹਨਾਂ ਨੇ ਜਿਹੜਾ ਸ਼ੈਡਿਊਲ ਆ ਉਹ ਸਹੀ ਤਰੀਕੇ ਨਾਲ ਨਹੀਂ ਭੇਜਿਆ ਸੋ ਉਸੇ ਦੇ ਚੱਲਦਿਆ ਮੁੱਖ ਮੰਤਰੀ ਸਾਹਿਬ ਵੀ ਤੇ ਕੱਲ ਅੱਜ ਗਣਤੰਤਰ ਦਿਵਸ ਹੈ ਕੁਝ ਸਮਾਂ ਪਹਿਲਾਂ ਹੀ ਜਿਹੜਾ ਲੋਕਾਂ ਦੇ ਰੂ ਰੂ ਹੋਏ ਤੇ ਇਹ ਦੱਸਣਯੋਗ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਸਾਡੀ ਜਿਹੜੀ ਚਾਕੀ ਬੰਦ ਕਰ ਦਿੱਤੀ ਆ ਜਦੋਂ ਕਿ ਤਿੰਨ ਦਿਨ ਪਹਿਲਾਂ ਦਾ ਇਹ ਰੌਲਾ ਪੈ ਰਿਹਾ ਤੇ ਤੁਸੀਂ ਕੁਝ ਸਮਾਂ ਪਹਿਲਾਂ ਲੋਕਾਂ ਦੇ ਰੂ ਰੂ ਹੋ ਕੇ ਅਜਿਹੀ ਗੱਲ ਕਰਦੇ ਹੋ ਸੋ ਉੱਥੇ ਹੀ ਪਹਿਲਾਂ ਤਾਂ ਸ਼ੰਕੇ ਖੜੇ ਹੋ ਜਾਂਦੇ ਨੇ ਸਰਕਾਰ ਦੇ ਕਿ ਸਰਕਾਰ ਮੁੱਖ ਮੰਤਰੀ ਸਾਹਿਬ ਕਰ ਕੀ ਰਹੇ ਨੇ ਕਿਉਂਕਿ ਕਪਾਸਿਟੀ ਐਡੇ ਵੱਡੇ ਪੱਧਰ ਤੇ ਜਿਹੜੀ ਆਵਾਜ਼ ਬੁਲੰਦ ਹੋ ਰਹੀ ਹੋਵੇ ਤੇ ਆ ਦਿਨ ਜਿਹੜੀ ਆ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਨੀਤੀਆਂ ਨੇ ਸੂਬੇ ਦੇ ਪੱਖ ਵਿੱਚ ਨਹੀਂ ਲਈਆਂ ਜਾ ਰਹੀਆਂ ਉਸੇ ਦੇ ਚੱਲਦੇ ਆ ਜਿਹੜੇ ਸਵਾਲ ਖੜੇ ਹੋ ਜਾਂਦੇ ਨੇ ਸੋ ਉਥੇ ਹੀ ਗੱਲ ਕਰ ਲੈਣੇ ਆ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਦਾਵਾ ਠੋਕਿਆ ਗਿਆ ਕਿ ਅਸੀਂ ਜਿਹੜਾ ਸ਼ੈਡਿਊਲ ਭੇਜਿਆ ਸੀਗਾ ਪਰ ਉਹ ਸ਼ੈਡਿਊਲ ਵੱਲ ਕੋਈ ਖਾਸ ਜਾ ਜਿਹੜਾ ਨਹੀਂ ਜਿਹੜਾ ਨਜ਼ਰ ਮਾਰੀ ਗਈ ਸੋ ਉਹਨਾਂ ਨੇ ਕਿਹਾ ਕਿ ਮਾਈ ਭਾਗੋ ਆ ਜਿਹੜੀ ਜਿਹੜੀ ਨਾਰੀ ਸ਼ਕਤੀ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਸੋ ਅਜਿਹੇ ਜਿਹੜੇ ਆ ਕਿਸਾਨ ਆ ਜਵਾਨ ਆ ਉਹ ਸਾਡੇ ਜਿਹੜੇ ਆ ਉਸ ਨੂੰ ਜਿਹੜਾ ਮੁੱਖ ਰੱਖਿਆ ਜਾਵੇ ਪੰਜਾਬ ਦੀ ਚਾਕੀ ਵਿੱਚ ਉਹਨਾਂ ਨੇ ਇਹ ਦਾਵਾ ਠੁੱਕਿਆ ਤਿੰਨ ਗਲਪ ਦਿੱਤੇ ਨੇ ਤਿੰਨ ਤਿੰਨ ਵਲਕਾਪ ਬਿਲਕੁਲ ਗਲਪ ਦਿੱਤੇ ਸੀਗੇ ਪਰ ਇੱਥੇ ਸ਼ੰਕੇ ਇਹ ਖੜੇ ਹੋ ਜਾਂਦੇ ਨੇ ਕਿ ਜਦੋਂ ਤੁਸੀਂ ਇੱਕ ਪਾਸੇ ਤਾਂ ਪੂਰਾ ਦਿਨ ਰੌਲਾ ਪਿਆ 24 ਤੇ 24 23 ਤਰੀਕ ਨੂੰ 23 24 ਤਰੀਕ ਨੂੰ ਤੇ ਤੁਸੀਂ 25 ਤਰੀਕ ਨੂੰ 4-5 ਵਜੇ ਲੋਕਾਂ ਦੇ ਰੂਰੂ ਹੁੰਦੇ ਹੋ ਕਿ ਅਸੀਂ ਆ ਉਹ ਕਰੇ ਸੀ ਇਥੋਂ ਹੀ ਸ਼ੰਕੇ ਜਿਹੜੇ ਆ ਸਾਫ ਹੋ ਜਾਂਦੇ ਆ ਕਿ ਸਰਕਾਰ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਹੀ ਜਿਹੜਾ ਸਾਰੇ ਜਵਾਬ ਦੇਣ ਲਈ ਲੋਕਾਂ ਲਈ ਇਹ ਸਾਰੀਆਂ ਗੱਲਾਂ ਬੜਾਈਆਂ ਗਈਆਂ ਹਾਲਾਂਕਿ ਇਸ ਤੇ ਕਿੰਨੀ ਕ ਸੱਚਾਈ ਹੋਏਗੀ ਇਹ ਤਾਂ ਸ ਕੇਂਦਰ ਸਰਕਾਰ ਜਾਣਦੀ ਹੈ ਜਾਂ ਸੂਬਾ ਸਰਕਾਰ ਪਰ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਨੇ ਜੋ ਉਹ ਇਹ ਸਾਫ ਹੋ ਰਹੇ ਨੇ ਇੱਥੇ ਹੁਣ ਗੱਲ ਕਰ ਲੈਣੇ ਆ ਕਲਚਰ ਮੰਤਰੀ ਨੇ ਸਾਡੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਉਹਨਾਂ ਨੇ ਜਿਹੜਾ ਦਾਵਾ ਠੋਕਿਆ ਸੀਗਾ ਉਹਨਾਂ ਨੇ ਪੱਤਰਕਾਰਾਂ ਦੇ ਵੱਲੋਂ ਜਦੋਂ ਜਵਾਬ ਪੁੱਛਿਆ ਗਿਆ ਉਹਨਾਂ ਨੇ ਹੈਰਾਨੀਜਨਕ ਜਵਾਬ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰੀ ਗੱਲ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਏਗੀ ਸੋ ਉੱਥੇ ਗਗਨ ਕੈਬਨਿਟ ਮੰਤਰੀ ਸਾਹਿਬ ਇਹ ਬਿਆਨ ਦੇ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਅਸੀਂ ਸ਼ਡਿਊਲ ਭੇਜਿਆ ਹੋਇਆ ਇਸ ਨਾਲ ਸਾਰਾ ਕੁਝ ਸਾਫ਼ ਹੋ ਜਾਂਦਾ ਸੋ ਇਸੇ ਦੇ ਚੱਲਦੇ ਆ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਕਲਚਰ ਮਨਿਸਟਰ ਨੇ ਉਹ ਕਿੰਨੀ ਕ ਸੰਜੀਦਗੀ ਨਾਲ ਕੰਮ ਕਰ ਰਹੇ ਨੇ ਜਾਂ ਸੁਭਾ ਸਰਕਾਰ ਕਿੰਨੀ ਕ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਕਿਉਂਕਿ ਜਿਹੜਾ ਇਹ ਸ਼ਡਿਊਲ ਜਾਣਾ ਹੁੰਦਾ 3 ਮਹੀਨੇ ਪਹਿਲਾਂ ਜਾਣਾ ਹੁੰਦਾ ਤਿੰਨ ਵੀ ਮੈਂ ਨਿਆਬਿੱਚ ਕਿੰਨੀ ਵਾਰ ਸੰਪਰਕ ਕੀਤਾ ਆਪ ਸਰਕਾਰ ਨੇ ਉਹ ਦਾਵਾ ਠੋਕ ਸਕਦੀ ਹੈ ਸਰਕਾਰ ਉਹ ਚੀਜ਼ਾਂ ਲੈ ਕੇ ਪੇਸ਼ ਕਰ ਸਕਦੀ ਹੈ ਮੀਡੀਆ ਸਾਹਮਣੇ ਕਿ ਹਾਂ ਅਸੀਂ ਭਾਈ ਇੰਨੀ ਵਾਰ ਕੇਂਦਰ ਸਰਕਾਰ ਨਾਲ ਜਿਹੜਾ ਸੰਪਰਕ ਕੀਤਾ ਇੰਨੀ ਤਰੀਕ ਨੂੰ ਅਸੀਂ ਜਿਹੜਾ ਇਹ ਤਿੰਨ ਬਿਲਕਲਪ ਸੀਗੇ ਉਹ ਪੇਸ਼ ਦਿੱਤੇ ਸੀਗੇ ਸੋ ਇਹ ਸਾਰੀਆਂ ਗੱਲਾਂ ਸਾਫ਼ ਕਰਨ ਵਾਲੀਆਂ ਹੁੰਦੀਆਂ ਨੇ ਇਹ ਉਹ ਸਮਾਂ ਨਹੀਂ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਤੁਹਾਨੂੰ ਜਾ ਸਮਾਜਤ ਕਰਵਾ ਦੇਣਾ 2005 ਵਿੱਚ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸੋ ਉਥੇ ਉਦੋਂ ਕੀ ਹੁੰਦਾ ਸੀਗਾ ਡीडी ਪੰਜਾਬੀ ਚੱਲਦਾ ਸੀਗਾ ਪੀਵੀ ਚੈਨਲਾਂ ਤੇ ਅ ਡਿਸ਼ ਫ੍ਰੀ ਡਿਸ਼ ਨਹੀਂ ਸੀਗੀ ਸੋਸ਼ਲ ਮੀਡੀਆ ਨਹੀਂ ਸੀਗਾ ਹੁੰਦਾ ਕੀ ਸੀਗਾ ਕੈਪਟਨ ਅਮਰਿੰਦਰ ਸਿੰਘ ਇੱਕ ਸਿਰਫ ਟਵੀਟ ਕਰਦੇ ਸੀਗੇ ਬੀਐਸਸੀ ਸੁਬੇ ਲਈ ਆ ਕਰ ਰਹੇ ਆ ਤੇ ਉਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੇ ਨਾਲ ਇਹ ਵੀ ਜੁੜ ਗਿਆ ਸੀਗਾ ਟਵਿੱਟਰ ਮੁੱਖ ਮੰਤਰੀ ਜਿਸ ਦੇ ਚੱਲਦੇ ਆ ਉਹਨਾਂ ਨੂੰ ਬਿਆਨ ਜਿਹੜਾ ਉਹਨਾਂ ਦਾ ਬਿਆਨ ਆਂਦਾ ਸੀ ਟਵੀਟਰ ਰਾਹੀਂ ਆਂਦਾ ਸੀਗਾ ਸੋ ਉਦੋਂ ਲੋਕਾਂ 'ਚ ਇੰਨੀ ਜਾਗਰਤਾ ਨਹੀਂ ਸੀਗੀ ਸੋ ਹੁਣ ਤਾਂ ਪਲ-ਪਲ ਦੀ ਖਬਰ ਆ ਜਿਹੜੀ ਲੋਕ ਰੱਖਦੇ ਆ ਮਿੰਟਾਂ ਸਕਿੰਟਾਂ ਦੀ ਖਬਰ ਆ ਜਿਹੜੀ ਅੱਗ ਵਾਂਗੂ ਫੈਲ ਜਾਂਦੀ ਆ ਲੋਕਾਂ ਵਿੱਚ ਸੋ ਇਸੇ ਦੇ ਚੱਲਦਾ ਜੇਕਰ ਮੁੱਖ ਮੰਤਰੀ ਸਾਹਿਬ ਚਾਹ ਸੋਚਦੇ ਨੇ ਕਿ ਲੋਕ ਉਹੀ ਨੇ ਉਹਨੇ ਕੀ ਸੋਚ ਰਹੀ ਲੋਕਾਂ ਦੀ ਸੋ ਉਸ ਤੋਂ ਥੋੜਾ ਜਿਹਾ ਬਾਖਫੋ ਹੋਵੋ ਮੁੱਖ ਮੰਤਰੀ ਸਾਹਿਬ ਹੁਣ ਲੋਕਾਂ ਦਾ ਉਹ ਸਮਾਂ ਨਹੀਂ ਰਿਹਾ ਕਿ ਹੁਣ ਜਿਹੜੇ ਪਹਿਲਾਂ ਪਿੰਡਾਂ ਵਿੱਚ ਲਾਈਟ ਨਹੀਂ ਜਾਂਦੀ ਸੀ ਕਿ ਉਹਨਾਂ ਤੱਕ ਜਿਹੜੇ ਖ਼ਬਰਾਂ ਹਫ਼ਤਾ ਬਾਅਦ ਜਾਂਦੀ ਸੀ ਜਾਂ ਅਖ਼ਬਾਰਾਂ ਨਹੀਂ ਪਹੁੰਚਦੀਆਂ ਸੀ ਹੁਣ ਹਰ ਵਕਤ ਜਿਹੜੀ ਆ ਮੀਡੀਆ ਕੋਈ ਵੀ ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਕੋਈ ਵੀ ਨਿਊਜ਼ ਚੈਨਲ ਹੋਵੇ ਹਰ ਵਕਤ ਵਿਅਕਤੀ ਦੇ ਹੱਥ ਵਿੱਚ ਆ ਫੋਨ ਵਿੱਚ ਆ ਸੋ ਇਸੇ ਦੇ ਚੱਲਦੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਵੀ ਉਸੇ ਤਰਕ ਤੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿ ਅਸਲ ਵਿੱਚ ਅਸੀਂ ਲੋਕਾਂ ਨਾਲ ਸੱਚ ਵਿੱਚ ਹੀ ਇਹ ਗੱਲਾਂ ਸਾਫ਼-ਸੁਥਰੀਆਂ ਹੋਈਆਂ ਨਹੀਂ ਸੋ ਇਸੇ ਦੇ ਚੱਲਦੇ ਇਸ ਵਿੱਚ ਜਿਹੜਾ ਹੁਣ ਮੁੱਖ ਮੰਤਰੀ ਸਾਹਿਬ ਵੱਲੋਂ ਦਾਵਾ ਠੋਕਿਆ ਗਿਆ ਇਸ ਤੇ ਵੀ ਖੂਬ ਚਰਚਾ ਹੋ ਰਹੀ ਹੈ ਜੀ ਜੀ ਸੋ ਇੱਥੇ ਬਹੁਤ ਹੀ ਤੁਸੀਂ ਵਧੀਆ ਗੱਲ ਕੀਤੀ ਐ ਸੋ ਇੱਥੇ ਅਸੀਂ ਹੁਣ ਅੱਗੇ ਵਧਦੇ ਆਂ ਅਗਲਾ ਮੁੱਦਾ ਲੈਣੇ ਆ ਕਿਉਂਕਿ ਅੱਜ ਅੱਜ ਦੇ ਦਿਨ ਕਾਫੀ ਅਹਿਮ ਹੈ ਸਾਡੇ ਦੇਸ਼ ਦੇ ਲਈ ਸੋ ਕਿਉਂਕਿ ਅੱਜ ਹੁਣ ਗਣਤਨਤਨ ਦਿਵਸ ਦੇ ਮੌਕੇ ਤੇ ਅੱਜ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰਿਹਾਈ ਹੈ ਉਹ ਹੋਣੀ ਸੀ ਸੋ ਇਸ ਤੋਂ ਜਿਹੜੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਆਂ ਇਸੀ ਪ੍ਰੋਗਰਾਮ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਇੱਥੇ 26 ਜਨਵਰੀ ਨੂੰ ਰਿਹਾ ਹੋਣ ਜਾ ਰਹੇ ਨੇ ਪਰ ਇਸੇ ਵਿਚਾਲੇ ਹੁਣ ਖਬਰਾਂ ਆਉਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰਿਹਾਈ ਹੈ ਉਹ ਟਲ ਗਈ ਹੈ ਜੀ ਇਹ ਰਿਹਾਈ ਟਾਲੀ ਕਿਉਂ ਗਈ ਹੈ ਕੋਈ ਕਾਰਨ ਹੋ ਵੀ ਕੀ ਕਾਰਨ ਰਹੇ ਨੇ ਕਿਉਂਕਿ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਉਲਿਖੇ ਗਈ ਸੀਗੇ ਬਕਾਇਦਾ ਤੌਰ ਤੇ ਹੋਰਡਿੰਗ ਲਗਾਏ ਗਈ ਸੀ ਨਵਜੋਤ ਸਿੰਘ ਸਿੱਧੂ ਦੇ ਵੈਲਕਮ ਦੇ ਲਈ ਸੋ ਸੂਬੇ ਪਰ ਦੇ ਵਿੱਚ ਇਹ ਹੋਰਡਿੰਗ ਲਗਾਏ ਗਈ ਸੀ ਪਰ ਇਸੇ ਵਿਚਾਲੇ ਜਿਹੜਾ ਹੈ ਬੀਤੇ ਕੱਲ ਹੀ ਯਾਨੀ ਉਸੇ ਦੇਰ ਰਾਤ ਕਹਿ ਲੋ ਦੇਰ ਰਾਤ ਹੀ ਨਵਜੋਤ ਕੌਰ ਸਿੱਧੂ ਜੋ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਇੱਕ ਪੋਸਟ ਪਾਈ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਨਹੀਂ ਹੋ ਰਹੇ ਨੇ ਕਿ ਉਹ ਇਸ ਲਈ ਕਿ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਰੋਡ ਮੈਪ ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਫੇਸਬੁਕ ਪੇਜ ਤੇ ਇੱਕ ਜੀ ਸ਼ੇਅਰ ਕੀਤਾ ਗਿਆ ਤੇ ਇਸੇ ਵਿਚਾਲੇ ਹੁਣ ਇਹ ਖਬਰ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਹੋ ਰਹੀ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਜੀ ਜਿੱਥੇ ਦੇਸ਼ ਵਾਸੀਆਂ ਲਈ ਗਤੰਤਰ ਦਿਵਸ ਮੁੱਖ ਰੱਖਦੇ ਆ ਵੱਡੇ ਦਿਹਾੜੇ ਅੱਜ ਮਨਾਏ ਜਾ ਰਹੇ ਨੇ ਐਸੇ ਦੇ ਚੱਲਦਿਆਂ ਕਾਂਗਰਸ ਪਾਰਟੀ ਵੀ ਪੱਬਾਂ ਪਾਰ ਹੋਈ ਸੀ ਯਾਨੀ ਕਿ ਸਿੱਧੂ ਮਾਫਰਨਾ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਮਰਥਕ ਸੀਗੇ ਉਹ ਜਿਹੜੇ ਪੱਬਾ ਪਾਰ ਹੋਏ ਹੋਏ ਸੀਗੇ ਕਿ ਸਿੱਧੂ ਦੀ ਰਿਹਾਈ ਹੋ ਰਹੀ ਹੈ ਤੇ ਹੋਲਡਿੰਗ ਬੋਰਡ ਹੈ ਜਿਹੜਾ ਸ਼ਹਿਰ ਵਿੱਚ ਲਗਾਏ ਗਏ ਲੁਧਿਆਣਾ ਸ਼ਹਿਰ ਭਰ ਦਿੱਤਾ ਗਿਆ ਸੋ ਇਸੇ ਦੇ ਚੱਲਦੇ ਵੱਡੇ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਗਈਆਂ ਪਰ ਕੁਝ ਹੀ ਸਮਾਂ ਪਹਿਲਾਂ ਬੀਤੀ ਰਾਤ 10 11:00 ਕੇ ਬਜੇ ਇਹ ਸਾਫ ਹੋ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਹੋ ਰਹੀ ਕਈ ਕਾ ਕਾਨੂੰਨੀ ਕਾਰਨਾਂ ਕਰਕੇ ਜਿਹੜੀ ਰਿਹਾਈ ਨਹੀਂ ਹੋਈ ਸੋ ਜਿੱਥੇ ਇੱਕ ਪਾਸੇ ਤਾਂ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਸਰਕਾਰ ਨੇ ਆ ਆ ਰਾਮ ਰਹੀਮ ਡੇਰਾ ਮੁਖੀ ਨੇ ਸਰਸਾ ਰਾਮ ਰਹੀਮ ਨਾ ਸਰਸਾ ਦੇ ਡੇਰਾ ਮੁਖੀ ਨੇ ਰਾਮ ਰਹੀਮ ਉਹਨਾਂ ਨੂੰ ਜਿਹੜੇ 90 ਦਿਨ ਦੀ ਜਿਹੜੀ ਸਜ਼ਾ ਵੀ ਉਹਨਾਂ ਦੀ ਮਾਫ ਹੋਈ ਜੀ ਪਰ ਦੂਜੇ ਪਾਸੇ ਸਾਡੇ ਸੂਬੇ ਵਿੱਚ ਕੀ ਹੋਇਆ ਕਿ ਜਿੱਥੇ ਆਸਾਂ ਉਮੀਦਾਂ ਸੀਗੀਆਂ ਕਿ ਸਰਕਾਰ ਜਿਹੜੇ ਆ ਆ ਕੁਝ ਲੋਕਾਂ ਦੀ ਜਿਹੜੇ ਆ ਸਜ਼ਾਵਾਂ ਘਟਾਵੇਗੀ ਜਿਨ੍ਹਾਂ ਦਾ ਆਚਰਣ ਜਿਹੜਾ ਜੇਲ੍ਹ ਵਿੱਚ ਵਧੀਆ ਸਾਫ਼ ਸੁਥਰਾ ਹੈ ਉਹਨਾਂ ਦੀ ਐ ਸਜ਼ਾਵਾਂ ਘਟਾਵੇਗੀ ਜਾਂ ਉਹਨਾਂ ਨੂੰ ਕੋਈ ਵੱਡਾ ਜਿਹੜਾ ਕਦਮ ਚੁੱਕੇ ਗਏ ਉਹਨਾਂ ਦੇ ਲਈ ਕਿਉਂਕਿ ਅਸੀਂ ਬਿੱਤੇ ਦਿਨ ਹੀ ਦੇਖਿਆ ਸੀਗਾ ਕਿ ਜੇਲ੍ਹ ਮੰਤਰੀ ਸਾਹਿਬ ਨਾਲ ਹਰਜੋਤ ਬੈਂਸ ਹੁਣ ਵਿਭਾਗ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਹੈ ਉਹਦੋਂ ਦੇਖਿਆ ਗਿਆ ਸੀਗਾ ਕਿ ਜਿਹੜੇ ਆ ਕੈਦੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸਪੈਸ਼ਲ ਰੂਮ ਤੇ ਤੱਕ ਤਿਆਰ ਕਰ ਦਿੱਤੇ ਗਏ ਸੋ ਉਹ ਸਾਰੇ ਉਮੀਦਾਂ ਜਗਾ ਰਹੇ ਸੀਗੀਆਂ ਗੱਲਾਂ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਕੈਦਿਆਂ ਦਾ ਚੰਗਾ ਆਚਰਣ ਆ ਜਾਂ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਸਹੀ ਹੋ ਚੁੱਕਿਆ ਬਾਹਰਦਾਤਾਂ ਤੋਂ ਦੂਰ ਰਹਿਣ ਲੱਗ ਗਏ ਸੋ ਉਹਨਾਂ ਲਈ ਜੋ ਸਰਕਾਰ ਕੁਝ ਵੱਡਾ ਕਦਮ ਚੁੱਕੇਗੀ ਪਰ ਹੋਇਆ ਕੁਝ ਨਹੀਂ ਉਹ ਸਿਰਫ ਇੱਕ ਉਮੀਦਾਂ ਵਾਂ ਕੇ ਹੀ ਰਹਿ ਗਈਆਂ ਜਿਸ ਵਿੱਚ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸੀਗੀ ਜਾਂ ਆਪ ਸਰਕਾਰ ਵੱਲੋਂ ਵੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਤੇ ਵੀ ਉਹਨਾਂ ਦੀ ਜਿਹੜੀ ਆ ਵੱਡਾ ਜਿਹੜਾ ਕਦਮ ਉਹਨਾਂ ਲਈ ਚੱਕ ਸਕਦੀ ਹੈ ਸਰਕਾਰ ਪਰ ਹੋਇਆ ਕੁਝ ਨਹੀਂ ਸੋ ਇਸੇ ਦੇ ਚਾਲਦੇ ਆ ਜਿਹੜੇ ਉਹਨਾਂ ਦੀ ਰਿਹਾਈ ਆ ਜਿਹੜੀ ਰੁਕੀ ਹੈ ਕਿਉਂ ਇਸ ਤੇ ਪਹਿਲਾਂ ਥੋੜੀ ਜਿਹੀ ਚਰਚਾਵਾਂ ਪਹਿਲਾਂ ਹੀ ਛਿੜ ਗਈਆਂ ਸੀ ਕਿ ਆ ਵੀ ਰਿਹਾਈ ਨਹੀਂ ਹੋਣੀ ਕਿਉਂਕਿ ਜਿਹੜੇ ਗ੍ਰਾਹਯ ਵਿਭਾਗ ਨੂੰ ਜਾਨੀ ਕਿ ਖਬਰ ਜਾਂਦੀ ਹੈ ਜਾਂ ਰਿਪੋਰਟ ਜਾਂਦੀ ਹੈ ਕਿ ਕਿਹੜੇ ਕਿਹੜੇ ਜਿਹੜੇ ਕੈਦੀ ਆ ਉਹਨਾਂ ਨੂੰ ਰਿਹਾ ਕਰਨਾ ਉਹਨਾਂ ਦੀ ਲਿਸਟ ਵਿੱਚ ਜਿਹੜਾ ਅਹ ਜਿਹੜੇ ਸੂਤਰਾ ਤੋਂ ਹਵਾਲੇ ਤੋਂ ਖਬਰਾਂ ਚੱਲਿਆ ਸੀਗੀ ਆ ਕਿ ਪਤਾ ਲੱਗਿਆ ਸੀਗਾ ਕਿ ਉਹਦੇ ਵਿੱਚ ਨਾਮ ਨਹੀਂ ਸੀਗਾ ਸਿੱਧੂ ਸਿੱਧੂ ਦਾ ਸੋ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਇਸੇ ਕਾਰਨ ਜਿਹੜੀ ਆ ਰੁਕੀ ਐ ਕਿ ਜਿਹੜੇ ਉਹਨਾਂ ਦਾ ਨਾਮ ਨਹੀਂ ਕਿਹ ਜੀ ਇਹ ਤਾਂ ਉਹ ਰੋਕਿਆ ਰੁਕਣਾ ਚਾਹਾਂਗੀ ਇੱਥੇ ਕੱਲ ਹੀ ਆਪਣੇ ਕਾਂਗਰਸੀ ਆਗੂ ਕਾਕਾ ਰਚਿੰਦਰ ਦੇ ਬਲਕ ਬਿਆਨ ਸਾਂਝਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਨਾਮ ਸੀਗਾ ਉਹ ਹੋਮ ਮਿਨਿਸਟਰੀ ਦੀ ਲਿਸਟ ਵਿੱਚ ਹੈ ਸੋ ਤੁਸੀਂ ਹੁਣ ਕਹਿ ਰਹੇ ਹੋ ਉਸ ਦੇ ਨਾਮ ਨਹੀਂ ਸੀਗਾ ਪਰ ਉਹ ਕਹਿ ਰਹੇ ਨੇ ਕਾਂਗਰਸੀ ਆਗੂ ਵੀ ਲਿਸਟ ਵਿੱਚ ਨਾਮ ਸੀ ਪਰ ਇਸ ਦੇ ਬਾਵਜੂਦ ਵੀ ਸਿੱਧੂ ਨੂੰ ਰਿਹਾ ਨਹੀਂ ਕੀਤਾ ਗਿਆ ਸੋ ਇੱਥੇ ਗੱਲ ਇਹ ਵੀ ਹੈ ਕਿ 1 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਜੇਲ ਅਧਿਕਾਰੀ ਵੀ ਹੋਣਗੇ ਜੇਲ ਸੁਪਰੀਟੈਂਡੈਂਟ ਵੀ ਹੋਣਗੇ ਕਿ ਲੱਗਦਾ ਹੈ ਕਿ ਜਿਹੜੀ ਮੀਟਿੰਗ ਹੋਏਗੀ ਇਸ ਤੇ ਸਿੱਧੂ ਦਾ ਜਾਂ ਕੋਈ ਮਾਮਲਾ ਜਿਹੜਾ ਹੈ ਚੁੱਕਿਆ ਜਾਵੇਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਮੀਟਿੰਗ ਤੋਂ ਪਹਿਲਾਂ ਹੀ ਰਿਆਉਣ ਹੋਣਗੇ ਜੀ ਜਿਹੜੇ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਜਿਹੜਾ ਆਪ ਸਰਕਾਰ ਤੇ ਹੁਣ ਤੰਜ ਕਸੇ ਜਾ ਰਹੇ ਨੇ ਕਿ ਉਹ ਨਵਜੋਤ ਸਿੰਘ ਸਿੱਧੂ ਤੋਂ ਡਰ ਰਹੇ ਨੇ ਕਿਉਂਕਿ ਉਹ ਹਰ ਇੱਕ ਮੁੱਦੇ ਤੇ ਜਾ ਕੇ ਲਾਈਵ ਹੋ ਜਾਂਦੇ ਨੇ ਜੀ ਸੋ ਉਥੇ ਹੀ ਗੱਲ ਕਰ ਲੈਣੇ ਆ ਕੈਬਨਿਟ ਮੀਟਿੰਗ ਦੀ ਕੈਬਨਿਟ ਮੀਟਿੰਗ ਇੱਕ ਪਹਿਲਾਂ 1 ਫਰਵਰੀ ਨੂੰ ਰੱਖੀ ਗਈ ਸੀ ਪਰ ਹੁਣ ਉਹਨੂੰ ਟਾਲ ਦਿੱਤਾ ਗਿਆ ਹੁਣ ਉਹ 3 ਫਰਵਰੀ ਨੂੰ ਹੋਵੇਗੀ ਸੋ ਇਸੇ ਦੌਰਾਨ ਇਸੇ ਦੌਰਾਨ ਸਾਬਕਾ ਵ代 ਰਜਿੰਦਰ ਸਿੰਘ ਦੀ ਗੱਲ ਕਰ ਲੈਣੇ ਆ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਲਿਸਟ ਵਿੱਚ ਨਾਮ ਸੀਗਾ ਉਹ ਸਾਰੀਆਂ ਚਰਚਾਵਾਂ ਸੀਗੀਆਂ ਜਿਨ੍ਹਾਂ ਦੇ ਚੱਲਦੇ ਹੁਣ ਉਹ ਦਾਵਾ ਠੋਕਰੇ ਸੀਗੇ ਸੋ ਇਸੇ ਦੇ ਚੱਲਦੇ ਕਿਤੇ ਨਾ ਕਿਤੇ ਜਿਹੜਾ ਕਾਂਗਰਸੀਆਂ ਨੂੰ ਨਿਮੋਸ਼ੀ ਦੇਖਣੀ ਪਈ ਹੈ ਉਹ ਇਹ ਵੀ ਕਾਰਨ ਸੀਗਾ ਉਹ ਆਪਣੇ ਪੱਕੇ ਪੈਰੀ ਨਹੀਂ ਸੀਗੇ ਜਿਸ ਕਾਰਨ ਜਿਹੜੇ ਹੁਣ ਹੋਲਡਿੰਗ ਬੋਰਡ ਜਿਹੜੇ ਆ ਤੋੜਾ ਗਏ ਨੇ ਸ਼ਾਇਦ ਵਿੱਚ ਪਟਿਆਲਾ ਸ਼ਹਿਰ ਚੋਂ ਜਾਂ ਜਲੰਧਰ ਲੁਧਿਆਣਾ ਸ਼ਹਿਰ ਚੋਂ ਸੋ ਇਸੇ ਦੇ ਚੱਲਦੇ ਆ ਇਹ ਹੀ ਸੀਗਾ ਕਿ ਉਹਨਾਂ ਨੂੰ ਕਨਫਰਮ ਨਹੀਂ ਸੀਗਾ ਜ਼ਿਆਦਾਤਰ ਇਹ ਸੀਗਾ ਕਿ ਰਿਹਾਈ ਹੋਵੇਗੀ ਪੱਕੀ ਹੋਵੇਗੀ ਪਰ ਇਹ ਨਹੀਂ ਸੀਗਾ ਕਿ ਸਰਕਾਰ ਵੱਲੋਂ ਜਿਹੜੀ ਕੈਬਨਟ ਮੀਟਿੰਗ ਵਿੱਚ ਫੈਸਲਾ ਲਿਆ ਜਾਣਾ ਸੀਗਾ ਉਹ ਕੈਬਨਟ ਮੀਟਿੰਗ ਨਹੀਂ ਹੋਈ ਤੇ ਉਹ ਅੱਗੇ ਹੋਊਗੀ ਸੋ ਇਸੇ ਦੇ ਚੱਲਦੇ ਕਿਤੇ ਨਾ ਕਿਤੇ ਜਿਹੜਾ ਕੱਚੇ ਜਿਹੜੇ ਆ ਬਿਆਨ ਰਹਿ ਗਏ ਕਾਂਗਰਸ ਪਾਰਟੀ ਵਾਲਿਆਂ ਦੇ ਜਾਂ ਉਹਨਾਂ ਦੀਆਂ ਤਿਆਰੀਆਂ ਕਰੀਆਂ ਹੋਈਆਂ ਰਹਿ ਗਈਆਂ ਸੋ ਉਥੇ ਹੀ ਗੱਲ ਕਰ ਲੈਣੇ ਆ ਹੁਣ ਸਰਕਾਰ ਦੀ ਸੋ ਇਸ ਤੋਂ ਇਹ ਵੀ ਕਿਹਾ ਜਾ ਰਿਹਾ ਵਿਰੋਧੀਆਂ ਵੱਲੋਂ ਕਿ ਅੱਜ ਗਣਤੰਤਰ ਦਿਵਸ ਆ ਗਣਤੰਤਰ ਦਿਵਸ ਤੇ ਬਹੁਤ ਸਾਰੇ ਜਿਹੜੇ ਆ ਕੈਬਨਿਟ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਤਿਰੰਗਾ ਲਹਿਰਾ ਰਹੇ ਨੇ ਸੋ ਇਸੇ ਦੌਰਾਨ ਜਿਹੜੇ ਵਿਧਾਇਕ ਨੇ ਉਹ ਆਪਣੇ ਆਪਣੇ ਹਲਕਿਆਂ ਵਿੱਚ ਤਿਰੰਗਾ ਲਹਿਰਾਣੇ ਨੇ ਸੋ ਇੱਥੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਡਰ ਸੀਗਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਹੈ ਉੱਥੇ ਜੇਲ੍ਹ ਦੀ ਰਿਹਾਈ ਹੋਏਗੀ ਉੱਥੇ ਵੱਡਾ ਇਕੱਠ ਨਾ ਹੋ ਜਾਵੇ ਕਿਉਂਕਿ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਸੀਗੀਆਂ ਸੋ ਇਸੇ ਦੇ ਚੱਲਦੇ ਆ ਕਿਸੇ ਨਾ ਕਿਤੇ ਜਿਹੜਾ ਕਿਹਾ ਜਾ ਰਿਹਾ ਕਿ ਰਿਹਾਈ ਰੋਕੀ ਗਿਆ ਹਾਲਾਂਕਿ ਕਾਨੂੰਨੀ ਤੌਰ ਤੇ ਕੀ ਗੱਲਬਾਤ ਹੈ ਉਹ ਤਾਂ ਹਲੇ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਚਰਚਾਵਾਂ ਨੇ ਉਹ ਤੁਹਾਡੇ ਨਾਲ ਇਹ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਪਰ ਕਾਨੂੰਨੀ ਤੌਰ ਤੇ ਕੀ ਕੀ ਘਾਟ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਜਾਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋਣਾ ਉਹ ਅਗਲੇ ਦਿਨਾਂ ਵਿੱਚ ਪੂਰਾ ਹੋਏਗਾ ਇਹ ਸਾਰੀਆਂ ਦੇਖਣ ਵਾਲੀਆਂ ਚੀਜ਼ਾਂ ਨੇ ਇਹਦਾ ਜਿਹੜਾ ਹੁਣ ਫੈਸਲਾ ਆਏਗਾ ਪ੍ਰੋਪਰ ਤਰੀਕੇ ਨਾਲ ਜਿਹੜਾ ਹੋਮ ਮਿਨਿਸਟਰੀ ਦਾ ਫੈਸਲਾ ਆਵੇਗਾ ਉਸਤੇ ਹੀ ਧਿਆਨ ਰੱਖਣਾ ਪਵੇਗਾ ਜੀ ਸੋ ਬਿਲਕੁਲ ਸਹੀ ਕਿਹਾ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਹੀ ਅਗਲਾ ਐਲਾਨ ਕਰੇਗੀ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਬਿਆਨ ਸਾਂਝਾ ਕੀਤਾ ਜਾਂਦਾ ਹੈ ਸੋ ਇੱਥੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਹਲੇ ਵੀ ਸਸਪੈਂਸ ਬਣਿਆ ਹੋਇਆ ਹੈ ਸੋ ਇੱਥੇ ਹੁਣ ਅਸੀਂ ਆਕੇ ਵਾਦਿਆਂ ਅਗਲਾ ਮੁੱਦਾ ਲੈਣੇ ਆ ਇੱਥੇ ਅਸੀਂ ਕਿਉਂਕਿ ਅੱਜ ਬਸੰਤ ਪੰਚਮੀ ਹੈ ਸੋ ਇਸੇ ਵਿਚਾਲੇ ਨੌਜਵਾਨਾਂ ਦੇ ਵਿੱਚ ਬਸੰਤ ਪੰਚਮੀ ਦਾ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਤੇ ਸਿੱਧੂ ਮਸੇਵਾਲੇ ਦੀ ਗੱਲ ਕਰਦੇ ਆ ਸਿੱਧੂ ਮਸੇਵਾਲੇ ਦੀ ਜਿਹੜੀ ਕਿ ਉਹਨਾਂ ਦੇ ਫੈਨਸ ਨੇ ਜੋ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਟੀ-ਸ਼ਰਟਾਂ ਤੇ ਉਹਨਾਂ ਦੇ ਜਿਹੜੇ ਨੇ ਫੋਟੋਆਂ ਲੱਗੀਆਂ ਹੋਈਆਂ ਨੇ ਉਹ ਬਕਾਇਦਾ ਤੌਰ ਤੇ ਬੈਲੂਨਾਂ ਤੇ ਫੋਟੋਆਂ ਲੱਗੀਆਂ ਨੇ ਤੇ ਹੁਣ ਅੱਜ ਬਸੰਤ ਪੰਚਮੀ ਵਾਲੇ ਦਿਨ ਜਿਹੜੀ ਉਹਨਾਂ ਦੀ ਫੋਟੋ ਹੈ ਪਤੰਗਾਂ ਤੇ ਛਾਪੀਆਂ ਗਈਆਂ ਸੋ ਇਹ ਜਿਹੜੀ ਪਤੰਗਾਂ ਦੇ ਫੋਟੋਆਂ ਛਾਪੀ ਗਈਆਂ ਇੱਥੇ ਸਿੱਧੂ ਦੀਆਂ ਸੋ ਇਥੇ ਕਾਫੀ ਮੰਗ ਵਧੀ ਹੈ ਇਸ ਦੀ ਨੌਜਵਾਨਾਂ ਚ ਕਾਫੀ ਕ੍ਰੇਜ਼ ਹੈ ਬੱਚਿਆਂ ਜੀ ਵੀ ਕਾਫੀ ਕ੍ਰੇਜ਼ ਹੈ ਸਿੱਧੂ ਦੀ ਫੋਟੋ ਲੈਣ ਦੇ ਲਈ ਪਤੰਗਾ ਵਾਲੀ ਜੀ ਬਹੁਤ ਸਾਰਾ ਅਸੀਂ ਅਜਿਹੇ ਮਾਮਲੇ ਦੇਖ ਰਹੇ ਹਾਂ ਜਾਂ ਅਜਈਆਂ ਵੀਡੀਓ ਸਾਹਮਣੇ ਆਂਦੀ ਹੈ ਕਿ ਕੋਈ ਬੱਚਾ ਜਿਹੜਾ ਜੇਕਰ ਉਹ ਸਿੱਧੂ ਦੀ ਸਿੱਧੂ ਮੁਸੇ ਵਾਲੇ ਦੀ ਆਵਾਜ਼ ਸੁਣ ਲੈਂਦਾ ਹੈ ਤਾਂ ਉਹ ਜਿਹੜਾ ਖੂਬ ਆਪਣੀ ਮਸਤੀ ਕਰਦਾ ਐ ਇਥੋਂ ਤੱਕ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਸਿੱਧੂ ਮਸੇਵਾਲੇ ਵਾਂਗ ਪੱਟ ਤੇ ਥਾਪੇ ਮਾਰਦੇ ਨਜ਼ਰ ਆਉਂਦੇ ਨੇ ਵੀਡੀਓਾਂ ਵਿੱਚ ਵੀਡੀਓਜ਼ ਵਿੱਚ ਸੋ ਉੱਥੇ ਹੀ ਗੱਲ ਕਰ ਲੈਣੇ ਆ ਕਿ ਸਿੱਧੂ ਮਸੇਵਾਲੇ ਦੇ ਜਿਹੜੇ ਪਹਿਲਾ ਫੈਨ ਸੀਗੇ ਜਾਂ ਉਸ ਦੀ ਮੌਤ ਤੋਂ ਬਾਅਦ ਫੈਨ ਬਣੇ ਨੇ ਉਸ ਦੇ ਚੱਲਦੇ ਆ ਬਹੁਤ ਸਾਰਾ ਜਿਹੜਾ ਪਿਆਰ ਆ ਲੋਕਾਂ ਵਿੱਚ ਸਿੱਧੂ ਮਸੇਵਾਲੇ ਪ੍ਰਤੀ ਦਿਖ ਰਿਹਾ ਸੋ ਇਸੇ ਦੇ ਚੱਲਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਧੂ ਮੁਸੇਵਾਲੇ ਦੇ ਘਰ ਜਾਂਦੇ ਨੇ ਜਦੋਂ ਉਹਨਾਂ ਦੀ ਬਰਾਤ ਹੁੰਦੀ ਆ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਤੋਂ ਸ਼ੇਰਾ ਬਣਾਉਂਦੇ ਨੇ ਕਿ ਤੁਸੀਂ ਆਪਣੇ ਪੁੱਤਰ ਦੇ ਵਿਸ਼ੇਰਾ ਨਹੀਂ ਬਣ ਸਕੇ ਉਹ ਰਸਮਾ ਨਹੀਂ ਅਦਾ ਕਰ ਸਕੇ ਸੋ ਸਾਡੇ ਸਾਨੂੰ ਆਪਣਾ ਪੁੱਤ ਸਮਝ ਕੇ ਉਹ ਰਸਮਾ ਅਦਾ ਕਰੋ ਸੋ ਜਿਸ ਦੇ ਚੱਲਦੇ ਆ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਬਲਕੌਰ ਸਿੰਘ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਮੈਂ ਇੰਨਾ ਪਿਆਰ ਜਿਹੜਾ ਸਿੱਧੂ ਮੁਸੇਵਾਲੇ ਪ੍ਰਤੀ ਦੇਖ ਰਹੇ ਆ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀਗਾ ਸੋ ਇਸੇ ਦੇ ਚੱਲਦਿਆਂ ਹੁਣ ਸਿੱਧੂ ਮਸੇਵਾਲੇ ਦੇ ਅੱਜ ਬਸੰਤ ਪੰਚਮੀ ਤੇ ਜਿਹੜੇ ਆ ਪਤੰਗ ਉਡ ਰਹੇ ਨੇ ਸੋ ਜਿੱਥੇ ਅਸੀਂ ਕਹਿ ਸਕਦੇ ਆ ਕਿ ਜੋ ਗੱਲਾਂ ਸਿੱਧੂ ਮਸੇਵਾਲੇ ਨੇ ਆਪਣੇ ਗਾਣਿਆਂ ਵਿੱਚ ਲਿਖਿਆ ਸੀਗੀਆਂ ਉਹ ਕਿਤੇ ਨਾ ਕਿਤੇ ਗੱਲਾਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਸੋ ਇੰਨਾ ਪਿਆਰ ਵੱਧ ਗਿਆ ਸਿੱਧੂ ਮਸੇਵਾਲੇ ਦਾ ਕਿਉਂਕਿ ਜਿਹੜੇ ਲੋਕਾਂ ਦੇ ਨਾਲ ਕਿਤੇ ਮੌਕੇ ਤੇ ਕੋਈ ਗੱਲ ਆ ਜਾਵੇ ਦਿਮਾਗ 'ਚ ਉਹੀ ਗੱਲ ਚੱਲ ਪੈਂਦੀ ਆ ਇਸੇ ਦੇ ਚੱਲਦੇ ਜਾਣਾ ਹੁਣ ਬਸੰਤ ਪੰਚਮੀ ਤੇ ਸਿੱਧੂ ਮਸੇਵਾਲੇ ਦੇ ਖੂਬ ਜਿਹੜੇ ਨਾਂ ਤੇ ਉਸ ਦੀ ਫੋਟੋ ਤੇ ਪਤਾ ਪਤੰਗ ਉੱਡ ਰਹੇ ਨੇ ਸੋ ਇੱਕ ਪਾਸੇ ਤਾਂ ਸਿੱਧੂ ਮਸੇਵਾਲੇ ਦੇ ਇਨਸਾਫ ਨੂੰ ਲੈ ਕੇ ਮਾਤਾ ਪਿਤਾ ਖਮੋਸ਼ ਹੋਏ ਬੈਠੇ ਨੇ ਨਮੋਸ਼ੀ ਵੀ ਦੇਖ ਰਹੇ ਨੇ ਕਿ ਸਾਨੂੰ ਕੋਈ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ ਸੋ ਉੱਥੇ ਹੀ ਹੁਣ ਨੌਜਵਾਨਾਂ ਵਿੱਚ ਇੰਨੇ ਉਤਸ਼ਾਹ ਆ ਕਿ ਸਿੱਧੂ ਮਸੇਵਾਲੇ ਨੂੰ ਦੀ ਫੋਟੋ ਨਾਲ ਹਰੇਕ ਜਿਹੜਾ ਜ਼ਿਆਦਾਤਰ ਤਿਹਾਰ ਮਨਾਇਆ ਜਾ ਰਿਹਾ ਸੋ ਇਹ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਦੋਂ ਇੱਡਾ ਵੱਡਾ ਅਸੀਂ ਗਾਇਕ ਜਿਸਨੇ ਸਾਡੀ ਪੱਗ ਨੂੰ ਸਾਡੀ ਪੰਜਾਬੀ ਨੂੰ ਗੋਰੇ ਕਾਲਿਆਂ ਤੱਕ ਪਹੁੰਚਾ ਦਿੱਤਾ ਹੋਵੇ ਬਾਹਰਲੀਆਂ ਕੰਟਰੀਆਂ ਤੱਕ ਜਿੱਥੇ ਕਿਸੇ ਨੂੰ ਕੋਈ ਪੱਟ ਤੇ ਥਾਪੀ ਮਾਰਨ ਬਾਰੇ ਕੁਝ ਵੀ ਪਤਾ ਨਹੀਂ ਸੀਗਾ ਉਹ ਲੋਕਾਂ ਤੋਂ ਵੀ ਪੱਟ ਤੇ ਥਾਪੀਆਂ ਮਰਵਾ ਦਿੱਤੀਆਂ ਸੋ ਉਸ ਕਲਾਕਾਰ ਦੇ ਪਿਤਾ ਅੱਜ ਜਿਹੜੇ ਇਨਸਾਫ ਲਈ ਸੜਕਾਂ ਦੇ ਉੱਤਰਦੇ ਨੇ ਜਾਂ ਬਾਕੀ ਵਿਦੇਸ਼ਾਂ ਵਿੱਚ ਜਾ ਕੇ ਕੈਂਡਲ ਮਾਰਚ ਕਰਦੇ ਨੇ ਸੋ ਉਸ ਦੇ ਚਾਹਦਾ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਤੇ ਸੰਜੀਦਗੀ ਨਾਲ ਜਿਹੜਾ ਕੰਮ ਕਰਨਾ ਚਾਹੀਦਾ ਹਾਲਾਂਕਿ ਜਿਹੜੇ ਇਸ ਦੇ ਜਿਹੜੇ ਸ਼ੂਟਰ ਸੀਗੇ ਸਿੱਧੂ ਮੁਸੇਵਾਲਾ ਤੇ ਸ਼ੂਟ ਕਰਕੇ ਗਏ ਨੇ ਉਹਨਾਂ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਪਰ ਜਿਹੜੀ ਰਣਨੀਤੀ ਕਿਸ ਨੇ ਕਢੀ ਆ ਹਾਲਾਂਕਿ ਗੋਲਦੀ ਬਰਾੜ ਨੇ ਇਸ ਤੇ ਸਾਰੀ ਸਪਸ਼ਟ ਕੀਤਾ ਕਿ ਉਹਨਾਂ ਨੇ ਇਹ ਮਾਰਦਾਤ ਨੂੰ ਅੰਜਾਮ ਦਿੱਤਾ ਹੈ ਗੋਲਦੀ ਬਰਾੜ ਨੇ ਕਿਉਂ ਨਹੀਂ ਅਲਿਆਸ ਕਿ ਪੰਜਾਬ ਪੁਲਿਸ ਕਿਉਂ ਨਹੀਂ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸੋ ਇਸੇ ਦੇ ਚੱਲਦਿਆਂ ਗੱਲ ਕਰ ਲੈਣੇ ਆ ਕਿ ਅ ਸਿੱਧੂ ਮਸੇਵਾਲੇ ਦੇ ਪਿਤਾ ਜਿੱਥੇ ਮਾਤਾ ਪਿਤਾ ਇਨਸਾਫ ਦੀ ਗੱਲ ਕਰ ਰਹੇ ਨੇ ਤੇ ਉੱਥੇ ਹੀ ਜਿਹੜਾ ਉਤਸ਼ਾਹ ਨੌਜਵਾਨਾਂ ਵਿੱਚ ਜਾਂ ਉਹਨਾਂ ਦੇ ਫੈਨਸ ਵਿੱਚ ਉਹ ਦਿਨੋਂ ਦਿਨ ਵਾਅਦਾ ਨਜ਼ਰ ਆ ਰਿਹਾ ਹੈ ਜੀ ਸੋ ਇੱਥੇ ਅਸੀਂ ਅੱਗੇ ਵਧਦੇ ਹਾਂ ਤੇ ਅਗਲਾ ਮੁੱਦਾ ਲੈਣੇ ਆ ਖੰਨਾ ਦਾ ਜਿੱਥੇ ਕਿ ਖੰਨਾ ਦੇ ਵਿੱਚ ਇੱਕ ਕਾਰ ਚਾਲਕ ਦੇ ਵੱਲੋਂ ਤਿੰਨ ਲੋਕਾਂ ਤੇ ਸ਼ਰੀਆਮ ਹੀ ਗੱਡੀ ਚੜਾ ਦਿੱਤੀ ਗਈ ਸੋ ਇੱਕ ਬਹੁਤ ਹੀ ਦਿਲ ਕੰਬਾਉ ਘਟਨਾ ਹੈ ਕੀਤੀ ਗਈ ਉਸ ਵਿਅਕਤੀ ਵੱਲੋਂ ਸੋ ਇਹ ਕਾਰਨ ਕੀ ਰਿਹਾ ਹੋਵੇਗਾ ਕਿ ਸ਼ਰੀਆਮ ਜਿਹੜੇ ਬੈਠੇ ਨੂੰ ਨਾਤੇ ਗੱਡੀ ਛਾੜ ਦਿੱਤੀ ਗਈ ਜੀ ਖੰਨਾ ਦੇ ਇੱਕ ਏਰੀਆ ਵਿੱਚ ਤਿੰਨ ਲੋਕ ਜਾ ਰਹੇ ਹੁੰਦੇ ਨੇ ਆਰਾਮ ਨਾਲ ਗੱਲਾਂ ਕਰਦੇ ਉਹ ਸਾਈਡ 'ਚ ਵੀ ਹੁੰਦੇ ਨੇ ਗੱਡੀ ਦੇਖ ਕੇ ਜੀ ਸਾਈਡ 'ਚ ਉਹ ਜਾਂਦੇ ਨੇ ਉਹ ਜਾਂਦਾ ਜਾਂਦਾ ਉਹਨਾਂ ਦੇ ਵਿੱਚ ਜਾਣ ਕੇ ਮਾਰ ਕੇ ਜਾਂਦਾ ਸੋ ਜਿਸ ਦੇ ਚੱਲਦਾ ਇਹ ਲੱਗ ਰਿਹਾ ਹੈ ਕਿ ਇਹ ਤਸਵੀਰਾਂ ਹੁਣ ਸਾਡੇ ਪੰਜਾਬ ਦੀਆਂ ਨਹੀਂ ਰਹੀਆਂ ਕਿਉਂਕਿ ਸਾਡਾ ਪੰਜਾਬ ਤਾਂ ਉਹ ਸੀਗਾ ਜਿਹੜੇ ਕਿਸੇ ਡਿੱਗੇ ਲੋਕਾਂ ਨੂੰ ਜਾਂ ਕਿਸੇ ਦੇ 6:00 ਵਜੇ ਹੋਇਆ ਉਸ ਨੂੰ ਆਪਣੀ ਜਾਨ ਤੇ ਖੇੜ ਕੇ ਵੀ ਬਚਾ ਲੈਂਦਾ ਹੈ ਬਚਾ ਲੈਂਦਾ ਬਿੱਤੇ ਦਿਨ ਹੀ ਜਿਹੜੀ ਇੱਕ ਸੰਗਰੂਪ ਦੀ ਲੜਕੀ ਹੈ ਉਹ ਉਸ ਨੂੰ ਅੱਜ ਜਿਹੜਾ ਗਣਤੰਤਰ ਦਿਵਸ ਤੇ ਜਿਹੜਾ ਸਨਮਾਨਤ ਕੀਤਾ ਗਿਆ ਉਹ ਇਸ ਵਜੋਂ ਕੀਤਾ ਗਿਆ ਕਿ ਇੱਕ ਗੱਡੀ 'ਚ ਅੱਗ ਲੱਗੀ ਸੀ ਉਸ ਨੇ ਚਾਰ ਬੱਚਿਆਂ ਨੂੰ ਬਚਾਇਆ ਸੀ ਸੋ ਇਹ ਤਸਵੀਰਾਂ ਨੇ ਸਾਡੇ ਪੰਜਾਬ ਦੀਆਂ ਪਰ ਜਿਹੜੀਆਂ ਹੁਣ ਇਹ ਆਏ ਦਿਨਾਂ ਜਿੰਨੀਆਂ ਬਾਰ ਦਾ ਤਾਰੀਆਂ ਨੇ ਸਾਹਮਣੇ ਉਸ ਨੇ ਕਿਤੇ ਨਾ ਕਿਤੇ ਜ਼ਰੂਰ ਸਾਡੇ ਪੰਜਾਬੀਆਂ ਦੇ ਮਨ ਨੂੰ ਠੇਸ ਪਹੁੰਚਾਈ ਹੈ ਕਿ ਆ ਆਖਿਰ ਹੋ ਕਿਉਂ ਰਿਹਾ ਹੈ ਇਦਾਂ ਕਿਉਂ ਨਹੀਂ ਕਾਨੂੰਨ ਕਾਨੂੰਨ ਦਾ ਡਰ ਰਿਹਾ ਲੋਕਾਂ ਨੂੰ ਕਿਉਂ ਕਾਨੂੰਨ ਹੱਥ ਵਿੱਚ ਲੈ ਰਹੇ ਨੇ ਲੋਕ ਸੋ ਇਸੇ ਦੇ ਚੱਲਦੇ ਆ ਕਿਤੇ ਨਾ ਕਿਤੇ ਜਿਹੜੇ ਆ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਇਹ ਕਿਸੇ ਰੰਜਸ਼ ਦੇ ਚੱਲਦੇ ਆ ਦੱਸਿਆ ਜਾ ਰਿਹਾ ਕਿ ਰੰਜਸ਼ ਦੇ ਚੱਲਦੇ ਆ ਇਸ ਜਿਹੜੇ ਵਿਅਕਤੀ ਨੇ ਇਹ ਅੰਜਾਮ ਦਿੱਤਾ ਉਸ ਕਾਰਨ ਇਹ ਐਡਾ ਖਤਮ ਚੁੱਕਿਆ ਗਿਆ ਸੋ ਰੰਜਸ਼ਾ ਪਹਿਲਾਂ ਵੀ ਸੀਗੀਆਂ ਪਹਿਲਾਂ ਵੀ ਆ ਬਹੁਤ ਸਾਰਾ ਅਸੀਂ ਦੇਖਿਆ ਬਹੁਤ ਕੁਝ ਹੁੰਦਾ ਰਿਹਾ ਲੋਕ ਕਾਨੂੰਨ ਤੋਂ ਡਰਦੇ ਸੀਗੇ ਜਿਸ ਦੇ ਕਾਰਨ ਅਸੀਂ ਅਕਸਰ ਗੱਲਾਂ ਸੁਣਦੇ ਸੀਗੇ ਕਿ ਥਾਣੇ ਦੇ ਨੇੜੇ ਵੇ ਲੰਘਦੇ ਲੋਕ ਡਰਦੇ ਸੀਗੇ ਸੋ ਪੁਲਿਸ ਦਾ ਇੰਨਾ ਖੌਫ ਹੁੰਦਾ ਸੀਗਾ ਕਿਸੇ ਸਮੇਂ ਪਰ ਅੱਜ ਕੀ ਹੋ ਰਿਹਾ ਅੱਜ ਪੁਲਿਸ ਵਾਲਿਆਂ ਦੇ ਪੁਲਿਸ ਨੌਜਵਾਨਾਂ ਨੂੰ ਹੀ ਜਾਂ ਪੁਲਿਸ ਅਧਿਕਾਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਬਿੱਤੇ ਦਿਨਾਂ ਦੀ ਗੱਲ ਕਰ ਲੈਂਦੇ ਆ ਕਿ ਕਪੂਰਥਲੇ ਵਿੱਚ ਇੱਕ ਆਟੋ ਚਾਲਕ ਹੈ ਜਿਹੜਾ ਉਹ ਪੁਲਿਸ ਮੁਲਾਜ਼ਮਾ ਨੂੰ ਕੁਚਲ ਕੇ ਚਲਾ ਜਾਂਦਾ ਜਦੋਂ ਕਿ ਪੁਲਿਸ ਮੁਲਾਜ਼ਮਾ ਉਸ ਨੂੰ ਰੋਕ ਰਿਹਾ ਹੁੰਦਾ ਹੈ ਤੇ ਉਹ ਭਜਾਣ ਦੀ بجائے ਉਹ ਰੋਕਣ ਦੀ بجائے ਉਸ ਨੂੰ ਭਜਾ ਲੈਂਦਾ ਹੈ ਤੇ ਉਹ ਅੱਗੇ ਆਟੋ ਜਿਹੜਾ ਆਟੋ ਦੇ ਅੱਗੇ ਆ ਜਾਂਦਾ ਹੈ ਇਹ ਪੁਲਿਸ ਮੁਲਾਜ਼ਮਾ ਛੋਟੇ ਹਾਥੀ ਦੇ ਅੱਗੇ ਸੋ ਗੱਲ ਇਹੀ ਆ ਗਈ ਕਿ ਲੋਕਾਂ ਵਿੱਚ ਖੌਫ ਹੈ ਜਿਹੜਾ ਕਾਨੂੰਨ ਦਾ ਦਿਨੋਂ-ਦਿਨ ਘਟਦਾ ਜਾ ਰਿਹਾ ਹੈ ਇਸੇ ਦੇ ਚੱਲਦੇ ਆ ਕਿਤੇ ਨਾ ਕਿਤੇ ਜਿਹੜੀਆਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਚੱਲਦਿਆਂ ਹੁਣ ਸਾਡੇ ਜਿਹੜੇ ਆ ਕਾਨੂੰਨੀ ਤੌਰ ਤੇ ਕਾਨੂੰਨੀ ماہر ਨਹੀਂ ਉਹਨਾਂ ਨੂੰ ਵੀ ਸਖਤੀ ਜ਼ਰੂਰ ਦਿਖਾਣੀ ਚਾਹੀਦੀ ਹੈ ਕਿ ਕਿਵੇਂ ਕਿਆ ਪੁਲਿਸ ਨਾਲ ਕੋਆਰਡੀਨੇਟ ਕਰਕੇ ਇਸ ਨੂੰ ਬਚਾਇਆ ਜਾ ਸਕਦਾ ਕਿਉਂਕਿ ਜੇਕਰ ਐਦਾਂ ਆਏ ਦਿਨ ਬਾਰ ਦਤਾਂ ਵਧਣ ਲੱਗੀਆਂ ਲੋਕ ਸ਼ਰੀਆਮ ਇੱਕ ਦੂਜੇ ਨੂੰ ਮਾਰਨ ਲੱਗੇ ਸੋ ਹਾਲਾਤ ਸਾਹਮੇ ਨਹੀਂ ਜਾਣੇ ਆਉਣ ਵਾਲੇ ਸਮੇਂ ਚ ਕਿਉਂਕਿ ਅੱਜ ਲੋਕ ਮਸਾਂ ਜਿਹੜਾ ਆ ਅੰਪੈਰਾ ਤੇ ਖੜਾ ਹੋਏ ਨੇ ਮਸਾ ਜਿਹੜਾ ਕੰਮ ਕਾਰ ਜਿਹੜਾ ਕਰਨ ਲੱਗੇ ਨੇ ਸੋ ਉਸੇ ਦੇ ਚੱਲ ਇਹ ਨਾ ਹੋਵੇ ਕਿ ਜਿਹੜਾ ਪੰਜਾਬ ਆਪਣੇ ਅੱਜ ਤਰੱਕੀ ਵੱਲ ਵਧ ਰਿਹਾ ਦਿਨੋ-ਦਿਨ ਹਾਲਾਂਕਿ ਬਹੁਤ ਸਾਰੀਆਂ ਘਾਟਾਂ ਦਿਨੋ-ਦਿਨ ਵੱਧ ਵੀ ਰਹੀਆਂ ਨੇ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਅੱਜ ਉਸ ਮੋੜ ਤੇ ਵੀ ਹੈ ਕਿ ਆਪਣੇ ਦਮ ਤੇ ਕੁਝ ਵੀ ਕਰ ਸਕਦਾ ਹੈ ਪਰ ਇੱਥੇ ਇਹ ਵੀ ਹੈ ਕਿ ਉਹੀ ਸੁੱਬੇ ਨੂੰ ਇਹ ਨਾ ਹੋਵੇ ਕਿ ਕਿਸੇ ਕੁਝ ਕਾਰਨ ਜੋਗ ਨਹੀਂ ਜੋਗ ਹੀ ਨਾ ਰਹੇ ਕਿਉਂਕਿ ਅਸੀਂ ਦੇਖਦੇ ਆ ਕਿ ਨੌਜਵਾਨ ਬਹੁਤ ਸਾਰੇ ਜਿਹੜਾ ਨਸ਼ੇ ਦੇ ਆਦੀ ਹੋ ਰਹੇ ਨੇ ਬਹੁਤ ساری ਜਵਾਨੀ ਹੈ ਜਿਹੜੀ ਚਿੱਤੇ ਕਾਰਨ ਹੀ ਖਤਮ ਹੋ ਰਹੀ ਹੈ ਸੋ ਇਹੀ ਸਭ ਤੋਂ ਵੱਧ ਜਿਹੜੀ ਨਜ਼ਰ ਆ ਉਹ ਕਾਨੂੰਨੀ ਤੌਰ ਤੇ ਕਰਨੀ ਪੈਣੀ ਹੈ ਸੋ ਸਰਕਾਰ ਨੂੰ ਚਾਹੀਦਾ ਕਿ ਅਜਿਹੇ ਕਾਨੂੰਨ ਬਣਾਵੇ ਕਿ ਜਿਵੇਂ ਹੁਣ 307 ਦੀ ਧਾਰਾ ਲਗਾਈ ਗਈ ਹੈ ਚਾਈਨਾ ਡੋਰ ਤੇ ਅਜਿਹੇ ਸਖਤ ਫੈਸਲੇ ਲੈਣ ਦੀ ਲੋੜ ਹੈ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਜਿਸ ਦੇ ਚੱਲਦੇ ਅਜਿਹੀਆਂ ਵਾਰਦਾਤਾਂ ਤੇ ਕਿਤੇ ਨਾ ਕਿਤੇ ਕਾਬੂ ਪਾਇਆ ਜਾ ਸਕਦਾ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਦੱਸ ਦੇਣਾ ਚਾਹੁੰਨੇ ਹਾਂ ਕਿ ਜਿਹੜੇ ਜਿਸ ਬੰਦੇ ਨੇ ਇਹਨਾਂ ਤਿੰਨ ਲੋਕਾਂ ਤੇ ਗੱਡੀ ਚੜਾਈ ਹੈ ਉਸ ਤੇ ਪੁਲਿਸ ਦੇ ਪੁਲਿਸ ਨੇ ਉਸ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਸੋ ਉਸ ਦੀ ਪਾਲ ਚਾਰੀ ਹੈ ਸੋ ਇਸ ਦੇ ਨਾਲ ਹੀ ਵੇਲਾ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੇ ਅਸੀਂ ਆਪਣੇ ਸਹਿਯੋਗੀ ਤੋਂ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਵਿਚਾਚਾ ਚਾਪ ਸ਼ਾਮਲ ਹੋਏ ਨੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਇਸ ਦੇ ਨਾਲ ਹੀ ਤੁਹਾਨੂੰ ਫਿਰ ਤੋਂ ਭਾਰਤ ਦੇ 74ਵੇਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸੋ ਨਾਲ ਹੀ ਤੁਹਾਨੂੰ ਪਸੰਦ ਪੰਚਮੀ ਦੀਆਂ ਵੀ ਲੱਖ ਲੱਖ ਮੁਬਾਰਕਾਂ ਨੇ ਸੋ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਅੱਗੇ ਲੈਣਾ ਚਾਹਾਂਗੇ ਧੰਨਵਾਦ